ਵੈਲਕਮ ਮੇਰੀ ਨਵੀਂ ਵੀਡੀਓ 'ਚ। ਅੱਜ ਮੈਂ ਬਣਾਉਣ ਲੱਗਾ ਮੈਗੀ। ਸਭ ਤੋਂ ਪਹਿਲਾਂ ਚਾਹੀਦੀਆਂ ਸਬਜ਼ੀਆਂ, ਟਮਾਟਰ, ਮਿਰਚਾਂ, ਸ਼ਿਮਲਾ ਮਿਰਚ ਵੀ ਲੱਭ ਹੀ ਗਈ, ਬੰਦ ਹੀ ਨਹੀਂ ਹੁੰਦਾ। ਸਭ ਤੋਂ ਪਹਿਲਾਂ ਆਪਾਂ ਬਾਲਣ ਲਈ ਧਰ ਦਾਂਗੇ ਮੈਗੀ। ਉਹਦੇ ਲਈ ਚਾਹੀਦਾ ਪਾਣੀ, ਆਪਾਂ ਰੱਖਤਾ ਪਾਣੀ। ਜਦੋਂ ਤੱਕ ਪਾਣੀ ਉਬਲਦਾ ਆਪਾਂ ਕੱਟ ਲੈਂਦੇ ਹਾਂ ਸਬਜ਼ੀਆਂ। ਹੁਣ ਆਪਾਂ ਵਾਸ਼ ਕਰ ਲਾਂਗੇ ਸਬਜ਼ੀਆਂ ਜਿੰਨੀਆਂ ਵੀ ਹੈਗੀਆਂ ਆਪਣੇ ਕੋਲ। ਹੁਣ ਆਪਾਂ ਕਰਾਂਗੇ ਕਟਿੰਗ ਸਬਜ਼ੀਆਂ ਦੀ। ਮੈਂ ਤੁਹਾਨੂੰ ਦੱਸਦਾ, ਮੈਂ ਵੈਸੇ ਹੋਟਲ ਮੈਨੇਜਮੈਂਟ ਦਾ ਕੋਰਸ ਵੀ ਕੀਤਾ, ਕਟਿੰਗ ਮੈਨੂੰ ਤਾਂ ਹੀ ਆਉਂਦੀ ਆ, ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ। ਹੱਥ ਮੇਰਾ ਵੈਸੇ ਮਾੜੇ ਹਲਵਾਈ ਵਾਂਗੂ ਚੱਲਦਾ। ਪਾਣੀ ਵਗਣ ਲੱਗ ਪਿਆ। ਸਬਜ਼ੀਆਂ ਕੱਟਣ ਤੋਂ ਪਹਿਲਾਂ ਆਪਾਂ ਕੜਾਹੀ ਰੱਖ ਦਈਏ ਗਰਮ। ਘਿਓ ਵੀ ਨਹੀਂ ਹੈਗਾ। ਬਣਾਵਾਂਗੇ ਆਪਾਂ ਦੇਸੀ ਘਿਓ 'ਚ। ਇਹ ਕੋਈ ਬ੍ਰਾਂਡ ਦੀ ਮਸ਼ਹੂਰੀ ਨਹੀਂ ਹੈ, ਤੁਸੀਂ ਕੋਈ ਵੀ ਵਰਤ ਸਕਦੇ ਜੇ। ਪਾਣੀ ਵੀ ਆਪਣਾ ਗਰਮ ਹੋਣ ਲੱਗ ਪਿਆ। ਹੁਣ ਇੱਕ ਪਾ ਦਾਂਗੇ ਆਪਾਂ ਮੈਗੀ। ਤਿੰਨ ਮੈਗੀਆਂ 'ਚ ਤਿੰਨ ਪੈਕਟ ਜਾਣਗੇ ਮਸਾਲੇ ਦੇ। ਮੈਗੀ ਆਪਾਂ ਰੱਖਤੀ ਬੋਇਲ ਹੋਣ ਲਈ। ਇੱਧਰ ਆਪਣਾ ਘਿਓ ਵੀ ਰੈਡੀ ਆ, ਆਪਾਂ ਪਾ ਦਾਂਗੇ ਸਭ ਤੋਂ ਪਹਿਲਾਂ ਗੰਢੇ। ਜਿੰਨਾ ਚਿਰ ਆਪਣੇ ਗੰਢੇ ਹੁੰਦੇ ਆਪਾਂ ਕੱਟ ਲੈਂਦੇ ਹਾਂ ਬਾਕੀ ਸਬਜ਼ੀਆਂ। ਮੈਗੀ ਆਪਣੀ ਡਨ। ਹੁਣ ਇਹਨੂੰ ਆਪਾਂ ਕਰ ਲਾਂਗੇ ਡਰੇਨ। ਇਹ ਆਪਾਂ ਕੱਢ ਲਈ ਤਾਂ ਕਿ ਜ਼ਿਆਦਾ ਓਵਰ ਕੁੱਕ ਨਾ ਹੋਵੇ, ਅਤੇ ਪਾਣੀ ਆਪਾਂ ਬਚਾ ਲਿਆ, ਇਹਨੂੰ ਵਰਤਾਂਗੇ ਆਪਾਂ ਬਾਅਦ 'ਚ।
ਹੁਣ ਆਪਾਂ ਸ਼ਿਮਲਾ ਮਿਰਚਾਂ ਪਾ ਦਾਂਗੇ ਤੜਕੇ 'ਚ। ਦੋ ਸਬਜ਼ੀਆਂ ਆਪਣੇ ਕੋਲ ਹੋਰ ਹੈਗੀਆਂ ਆ, ਕੌਰਨ ਅਤੇ ਮਟਰ। ਇਹਨਾਂ ਨੂੰ ਆਪਾਂ ਨੂੰ ਪਾਉਣਾ ਪੈਣਾ ਸਭ ਤੋਂ ਪਹਿਲਾਂ ਗਰਮ ਪਾਣੀ 'ਚ, ਜ਼ਿਆਦਾ ਨਹੀਂ ਪਾਉਣੇ, ਪਾਉਣੇ ਆਪਾਂ ਥੋੜ੍ਹੇ ਥੋੜ੍ਹੇ ਆ। ਪਾਣੀ ਮੈਂ ਗਰਮ ਰੱਖਤਾ ਸੀ, ਆਪਾਂ ਪਾਵਾਂਗੇ ਵਿੱਚ। ਉਹ ਆਪਾਂ ਕਰ ਦਿੰਦੇ ਹਾਂ ਸਾਈਡ 'ਤੇ, ਨਾਲ ਨਾਲ ਆ ਵੀ ਚੈੱਕ ਕਰਾਂਗੇ ਫੜਨਾ ਜਾਵੇ। ਦੋ ਆਪਾਂ ਕੱਟਾਂਗੇ ਮਿਰਚਾਂ, ਭਾਈ ਇੰਨੀ ਕੁ ਗਾਜਰ ਲੱਭ ਗਈ, ਮੈਂ ਸੋਚਿਆ ਵੀ ਪਾ ਵੀ ਲੈਂਦੀ ਹਾਂ। ਗਾਜਰ ਆਪਾਂ ਨੂੰ ਸ਼ੁਰੂ 'ਚ ਪਾਉਣੀ ਚਾਹੀਦੀ ਹੈ, ਕਿਉਂਕਿ ਇਹਨੂੰ ਪੱਕਣ 'ਤੇ ਲੱਗਦਾ ਟਾਈਮ, ਤਾਂ ਕੋਈ ਨਾ। ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਆਹ ਕਟਿੰਗ ਨੂੰ ਕੀ ਕਹਿੰਦੇ ਤਾਂ ਕਮੈਂਟ ਕਰਕੇ ਦੱਸਿਓ। ਪਹਿਲੇ ਆਪਾਂ ਪਾ ਦਾਂਗੇ ਇਹਦੇ ਵਿੱਚ, ਆਲਮੋਸਟ ਜਾਣਗੇ ਟਮਾਟਰ। ਹੁਣ ਆਪਾਂ ਮਟਰਾਂ ਦੇ ਕੌਰਨ ਦਾ ਕੱਢ ਕੇ, ਪਾਣੀ ਸੌਫਟ ਹੋ ਚੁੱਕੇ ਆ, ਗਰਮ ਪਾਣੀ 'ਚ ਪਾਏ ਸੀ ਅਤੇ ਆਪਾਂ ਪਾਵਾਂਗੇ ਇਹਦੇ ਵਿੱਚ। ਕਲਰ ਚੈੱਕ ਕਰੋ ਤੁਸੀਂ ਤੜਕੇ ਦੇ, ਮਸਾਲਿਆਂ 'ਚ ਸਭ ਤੋਂ ਪਹਿਲਾਂ ਜਾਊਗੀ ਹਲਦੀ, ਫਿਰ ਜਾਊਗਾ ਸੋਲਟ, ਫਿਰ ਆਹ ਮੈਨੂੰ ਪਤਾ ਨਹੀਂ ਹੁਣ ਕਿਹੜੇ ਮਸਾਲੇ ਆ, ਪਰ ਪਾ ਲੈਂਦੇ ਹਾਂ ਆਪਾਂ। ਤੜਕੇ ਨੂੰ ਆਪਾਂ ਥੋੜ੍ਹਾ ਜਿਹਾ ਸੌਤੇ ਕਰਾਂਗੇ, ਫਿਰ ਲਾਸਟ ਵੀ ਆਪਾਂ ਕਰ ਦਾਂਗੇ ਇਹ 'ਚ ਮੈਗੀ ਐਡ, ਅਤੇ ਮੈਗੀ ਆਪਣੀ ਤਿਆਰ। ਲੂਣ ਵੀ ਚੈੱਕ ਕਰ ਲਈਏ ਮਾੜਾ ਜਿਹਾ, ਤੜਕਾ ਆਪਣਾ ਲਗਭਗ ਡਨ ਹੀ ਹੈ। ਹੁਣ ਇਹਦੇ 'ਚ ਆਪਾਂ ਐਡ ਕਰਾਂਗੇ ਜਿਹੜਾ ਆਪਾਂ ਮੈਗੀ ਦਾ ਪਾਣੀ ਬਚਾਇਆ ਸੀ। ਮੈਗੀ ਦਾ ਤੜਕਾ ਆਪਣਾ ਤਿਆਰ ਆ। ਮੈਗੀ ਬਣਾਉਣੀ ਆਪਾਂ ਥੋੜ੍ਹੀ ਜਿਹੀ ਸੂਪੀ ਟਾਈਪ, ਤਾਂ ਆਪਾਂ ਰੱਖਿਆ ਇੱਦਾਂ ਦਾ। ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਹਾਂ ਮੈਗੀ,
ਆਪਾਂ ਕਰਾਂਗੇ ਚੰਗੀ ਤਰ੍ਹਾਂ ਮਿਕਸ। ਮੈਗੀ ਆਪਣੀ ਤਿਆਰ ਆ। ਇਹ ਚ ਇੱਕ ਚੀਜ਼ ਰਹਿ ਗਈ ਐਡ ਹੋਣ ਵਾਲੀ, ਉਹ ਆਪਣੀ ਸਾਰਿਆਂ ਦੀ ਫੇਵਰੇਟ ਕੈਚਅਪ ਪਾਵਾਂਗੇ ਆਪਾਂ ਥੋੜ੍ਹੀ ਜਿਹੀ। ਚੈੱਕ ਕਰੋ ਰੰਗ ਮੈਗੀ ਦਾ ਘੈਂਟ ਆ ਨਾ। ਆਪਾਂ ਕੱਢਦੇ ਹਾਂ ਪਲੇਟ 'ਚ। ਰੰਗ ਚੈੱਕ ਕਰੋ ਮੈਗੀ ਦਾ, ਇਹਨੂੰ ਖਾ ਕੇ ਵੇਖਦੇ ਹਾਂ। ਵੀਡੀਓ ਕਿੱਦਾਂ ਲੱਗੀ ਦੱਸਿਓ ਜ਼ਰੂਰ।